ਅੱਜ ਜਿਹੜਿਆ ਚੋਣਾਂ ਹੋਈਆਂ ਸੀ ਸਾਡੀਆਂ ਕਾਰਪੋਰੇਸ਼ਨ ਦੀਆਂ ਔਰ ਮਿਊਨਿਸਪਲ ਕਮੇਟਰੀਆਂ ਉਹਨਾਂ ਦੀ ਅੱਜ ਗਿਣਤੀ ਹੋਈ ਹੈ ਔਰ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦੀਆਂ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਐਨੇ ਹਿੰਮਤ ਨਾਲ ਐਨੇ ਪਿਆਰ ਨਾਲ ਤੁਸੀਂ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਹੈ ਜਿਹੜੇ ਅੱਜ ਰਿਜ਼ਲਟ ਆਏ ਨੇ ਮੇਰਾ ਖਿਆਲ ਕਦੇ ਵੀ ਪੰਜਾਬ ਇਹ ਜਿਹੇ ਰਿਜ਼ਲਟ ਪਹਿਲਾਂ ਨਹੀਂ ਆਏ ਕਿਸੇ ਪਾਰਟੀ ਨੂੰ ਵੀ ਇਹ ਇੱਕ ਬਹੁਤ ਥੋੜੀ ਹਿੰਮਤ ਹੈ ਦੇ ਦੇ ਕਰਕੇ ਤੁਸੀਂ ਬਾਹਰ ਨਿਕਲੇ ਔਰ ਸਾਡੀ ਪਾਰਟੀ ਨੂੰ ਸਪੋਰਟ ਕੀਤਾ ਔਰ ਇਸ ਦੇ ਨਾਲ ਹੀ ਮੈਂ ਧੰਨਵਾਦ ਧੰਵਾਦੀਆਂ ਸਾਡੇ ਪ੍ਰਧਾਨ ਜੀ ਦਾ ਸੁਨੀਲਾ ਖਰਜੀ ਦਾ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਸਾਰੇ ਸਾਡੇ ਐਮਐਲਏ ਸਹਿਬਾਨ ਕਾਂਗਰਸ ਪਾਰਟੀ ਦੇ ਸਾਡੇ ਅਰਧਦਾਤ ਸਹਿਬਾਨ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਆਪਣੇ ਡੀਸੀਸੀਜ਼ ਵਗੈਰਾ ਜਿਨ੍ਹਾਂ ਨੇ ਇਨੀ ਹਿੰਮਤ ਕਰਕੇ ਲੜਾਈ ਬੜੀ ਜ਼ਬਰਦਸਤ ਲੜੀ ਔਰ ਇਹ ਜਿਹੜੇ ਅੱਜ ਆંકੜੇ ਨੇ ਇਹ ਦਿਖਾਉਂਦੇ ਨੇ ਕਿ ਤੁਸੀਂ ਆਪਣੇ ਕਿਸ ਕਿਸਮ ਦਾ ਕੰਮ ਕੀਤਾ ਹੈ। ਤੋਂ ਸਾਰਿਆਂ ਨੂੰ ਪੰਜਾਬੀਆਂ ਨੂੰ ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਲੀਡਰਸ਼ਿਪ ਨੂੰ ਮੇਰੇ ਦਿਨੋਂ ਬਹੁਤ-ਬਹੁਤ ਧੰਨਵਾਦ। ਕਾਫੀ ਆਪਣੇ ਡਿਵੈਲਪਮੈਂਟ ਦਾ ਆਪਣੇ ਸੂਬੇ ਵਿੱਚ ਪਿਛਲੇ 4 ਸਾਲਾਂ ਚ ਹੋ ਗਈ ਹੈ। ਇਹਦੇ باوجود ਕਿ ਅੱਧਾ ਸਾਲ ਤਾਂ ਕੋਵਿਡ ਨੇ ਸਾਡਾ ਖਤਮ ਕਰ ਦਿੱਤਾ। ਉਸ ਤੋਂ ਬਾਅਦ ਫਿਰ ਇਹ ਹੁਣ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈ। ਅਤੇ ਦਿੱਲੀ ਦੀ ਸਰਕਾਰ ਮੰਨ ਨਹੀਂ ਰਹੀ ਤੇ ਜੋ ਸਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ। ਪਰ ਇਹਦੇ باوجود ਸਾਡੀ ਗੱਲ ਗਵਰਨਮੈਂਟ ਨੇ ਜਿੱਥੇ ਵੀ ਅਸੀਂ ਸ਼ਹਿਰਾਂ ਦੇ ਵਿੱਚ ਅਤੇ ਪਿੰਡਾਂ ਵਿੱਚ ਵੀ ਕੰਮ ਕਰ ਸਕਿਆ ਅਸੀਂ ਕੰਮ ਕੀਤਾ ਹੈ। ਔਰ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਗਲੇ ਸਾਲ ਵਿੱਚ ਜਿਹੜਾ ਅਧੂਰਾ ਰਹਿ ਗਿਆ ਇਸ ਇੱਕ ਪਿਛਲੇ ਸਾਲ ਦੀ ਕਾਟ ਕਰਕੇ ਉਹਨੂੰ ਅਸੀਂ ਪੂਰਾ ਕਰਾਂਗੇ ਤੁਹਾਡੇ ਡਿਵੈਲਪਮੈਂਟ ਜਿਹੜੀ ਵੀ ਇਸ਼ੂਜ਼ ਜਿਹੜੀ ਵੀ ਮਸਲੇ ਰਹਿੰਦੇ ਨੇ ਉਹਨਾਂ ਨੂੰ ਇੱਕ ਵਾਰ ਇੱਕ ਕਰਕੇ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ। ਪਿੰਡਾਂ ਵਿੱਚ ਵੀ اور ਆਪਣੇ ਸ਼ਹਿਰਾਂ ਵਿੱਚ ਵੀ ਤਾਂ ਕਿਸੇ ਨੂੰ ਮਨ ਮਨਚਨਾ ਰਹੇ ਕਿ ਆਹ ਕੰਮ ਹੋਣਾ ਸੀ ਇਹ ਰਹਿ ਗਿਆ ਇਹ ਨਹੀਂ ਰਹਿ ਗਿਆ ਕਿਉਂਕਿ ਇੱਕ ਸਾਲ ਹੀ ਸਾਡਾ ਮਰ ਗਿਆ ਇਸ ਕੰਮ 'ਚ ਤਾਂ ਮੈਂ ਤੁਹਾਨੂੰ ਭਰੋਸਾ ਦੇਣਾ ਇਸ ਵਾਸਤੇ ਵੀ ਚਾਹੁੰਦਾ ਹਾਂ ਔਰ ਇਹ ਲੜਾਈ ਸਾਡੀ ਹੁਣ ਇਸ ਸ਼ੁਰੂਆਤ ਹੋਈ ਹੈ ਸਾਡੀ ਅਗਲਾ ਅਸਲ ਪੰਜਾਬ ਦੇ ਭਵਿੱਖ ਦੀ ਲੜਾਈ ਤਾਂ ਆਉਣੀ ਹੈ ਅਗਲੇ ਸਾਲ ਆਉਣੀ ਹੈ ਸਾਲ ਵੀ ਨਹੀਂ ਰਿਹਾ ਉਹਦੇ ਵਾਸਤੇ ਤਾਂ ਇਹ ਅਸੀਂ ਡਿਵੈਲਪਮੈਂਟ ਸਾਰੇ ਕਰਕੇ ਤੁਹਾਡੇ ਕੋਲ ਆਵਾਂਗੇ ਔਰ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਤੁਸੀਂ ਪਿਆਰ